ਹੈ ਕਰਮਾਂ ਦੇ ਵਿੱਚ ਜੱਤੀ ਤੇਰੇ ਰੱਬ ਦਾ ਸ਼ੁਕਰ ਮਨਾਇਆ ਕਰ ਹਾਏ ਮੈਂ ਨੀ ਕਹਿੰਦੀ ਯਾਰੀ ਛੱਡ ਦੇ ਟਾਈਮ ਨਾਲ ਕਰ ਆਇਆ ਕਰ ਹੋਦੇ ਕੇ ਲਾਮਾ ਚਾਰ ਬਾਬਲ ਨੇ ਲੜਾਂ ਤੇਰੇ ਲਾਈ ਵੇ ਹਾਏ ਫੁੱਲਾਂ ਵਰਗੀ ਨਾਰ ਸੋਹਣਿਆ ਜਾਵੇ ਕਿਉਂ ਸਤਾਈ ਵੇ ਆਟੋ ਟੂਨ ਤਾਂ ਜਦੋਂ ਨਹੀਂ ਗਾਣਾ ਆਉਂਦਾ ਉਹਨੂੰ ਟੋਨ ਕਰ ਦੇ ਜਿੱਦਾਂ ਹੁਣ ਅਸੀਂ ਮੇਰੇ ਉਸਤਾਦ ਕੇਸ ਮੱਖਣ ਜੀ ਆਪਾਂ ਸਿੱਖਿਆ ਜੀ ਸ਼ੁਰੂ ਤੋਂ ਗਾਇਕੀ ਵਿੱਚ ਰਹੇ ਜੀ ਅਤੇ ਗਾਉਣਾ ਸ਼ੌਂਕ ਸੀਗਾ ਅਸੀਂ ਕਾਲਜ ਵਿੱਚ ਵੀ ਗਾਇਆ ਸਕੂਲਾਂ ਵਿੱਚ ਵੀ ਗਾਇਆ ਅਤੇ ਮੇਰੀ ਆਵਾਜ਼ ਨੂੰ ਮੈਂ ਆਟੋ ਟੂਨ ਵਧੀਆ ਨਹੀਂ ਸਮਝਦਾ ਮੈਂ ਲਾਉਂਦਾ ਨਹੀਂ ਜੀ ਅਤੇ ਜਿਹੜੇ ਨਹੀਂ ਹੁਣ ਸਿੱਖਿਓ ਆ ਜਾਂ ਆਉਂਦੇ ਗਾਉਣ ਲੱਗ ਪੈਂਦੇ ਉਹਨਾਂ ਨੂੰ ਆਟੋ ਟੂਨ ਲਾਉਣਾ ਪੈਂਦਾ ਜੀ ਸੂਰਮਾ ਪੰਜਾਬ ਕੋ ਬਿਲੋਂਗ ਕਰਤਾ ਹੈ ਨਾ ਕੰਮ ਰੋਂਗ ਕਰਤਾ ਹੈ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਿਤਾਰੇ ਨਾਲ ਗੱਲਬਾਤ ਦੇ ਇਸ ਖਾਸ ਸ਼ੋਅ ਵਿੱਚ ਦਰਸ਼ਕੋ ਅੱਜ ਦੇ ਇਸ ਸ਼ੋਅ ਵਿੱਚ ਜਿਸ ਸਿਤਾਰੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਵੈਸੇ ਤਾਂ ਉਹ ਸਾਡੀ ਮਿਊਜ਼ਿਕ ਇੰਡਸਟਰੀ ਦੇ ਇੱਕ ਉਭਰਦੇ ਕਲਾਕਾਰ ਨੇ ਉਹਨਾਂ ਨੇ 2014 ਵਿੱਚ ਆਪਣਾ ਫਸਟ ਸੌਂਗ ਸਾਡੀ ਇੰਡਸਟਰੀ ਨੂੰ ਦਿੱਤਾ ਅਸਲਾ ਅਤੇ ਹੁਣ ਉਹ ਆਪਣੇ ਨਵਾਂ ਸੌਂਗ ਲੈ ਕੇ ਆਏ ਨੇ ਜੱਟੀ ਜੀ ਹਾਂ ਦਰਸ਼ਕੋ ਮੈਂ ਗੱਲ ਕਰ ਰਹੀ ਹਾਂ ਪੰਜਾਬੀ ਸਿੰਗਰ ਅਮਰ ਸਿੰਘ ਜੀਤ ਜੀ ਦੀ ਅਮਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਆਪਣਾ ਟਾਈਮ ਕੱਢਿਆ ਔਰ ਸਾਡੇ ਸਟੂਡੀਓ ਆਏ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਥੈਂਕ ਯੂ ਵੈਰੀ ਮੱਚ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਸਭ ਤੋਂ ਪਹਿਲੇ ਪਰਸਨਲ ਕੁਐਸਚਨ ਫੈਮਿਲੀ 'ਚ ਕੌਣ ਕੌਣ ਹੈ ਫੈਮਿਲੀ 'ਚ ਮੈਂ ਜੀ ਮੰਮੀ ਜੀ ਤੇ ਸਿਸਟਰ ਸਾਰੇ ਮੇਰੇ ਡੈਡ ਮੈਂ ਓਕੇ ਜੀ ਜੀ ਜਦੋਂ ਤੁਸੀਂ ਸੋਚਿਆ ਕਿ ਇਸ ਇੰਡਸਟਰੀ ਵਿੱਚ ਆਉਣਾ ਪਹਿਲੇ ਤਾਂ ਖਿਆਲ ਕਿਵੇਂ ਆਇਆ ਔਰ ਕਦੋਂ ਆਇਆ ਖਿਆਲ ਇੰਡਸਟਰੀ ਵਿੱਚ ਮੈਂ ਗਾਉਣਾ ਤਾਂ ਸ਼ੁਰੂ ਤੋਂ ਮੇਰਾ ਸ਼ੌਂਕ ਹੈ ਜੀ ਕਾਲਜਸ ਵਿੱਚ ਸਕੂਲ ਵਿੱਚ ਸਕੂਲ ਤੋਂ ਮੈਂ ਬਚਪਨ ਤੋਂ ਹੀ ਗਾਉਣਾ ਜੀ ਅੱਛਾ ਜੀ ਤੇ ਪ੍ਰੋਫੈਸ਼ਨਲੀ ਆਪਾਂ 2014 ਵਿੱਚ ਲਿਆ ਜੀ ਇਹਨਾਂ ਨੂੰ ਮੈਂ ਕਿਹਾ ਵਧੀਆ ਤਰੀਕੇ ਨਾਲ ਸੌਂਗ ਕਰੀਏ ਵਧੀਆ ਕਰੀਏ ਜੀ ਫੇਰ ਹੀ ਸ਼ੁਰੂ ਹੁੰਦਾ ਕੰਮ ਬਿਲਕੁਲ ਤੇ ਜਦੋਂ ਆਪਣੇ ਘਰਦਿਆਂ ਨੂੰ ਤੁਸੀਂ ਦੱਸਿਆ ਕਿ ਮੈਂ ਹੁਣ ਸਿੰਗਰ ਬਣਨਾ ਬਾਕੀ ਕੰਮ ਕਾਜ ਛੱਡ ਕੇ ਤਾਂ ਉਹਨਾਂ ਦਾ ਰਿਐਕਸ਼ਨ ਬਿਲਕੁਲ ਸਹੀ ਸੀਗਾ ਸਪੋਰਟ ਕੀਤਾ ਸੀ ਸਭ ਨੇ ਪਹਿਲੇ ਜੀ ਜੀ ਮੈਂ ਇਕੱਲਾ ਹੀ ਘਰੋਂ ਮੁੰਡਾ ਜੀ ਮੈਂ ਜੋ ਲਾਡਲਾ ਹੈਗਾ ਜੀ ਅਤੇ ਜੋ ਅਸੀਂ ਕਿਹਾ ਉਹ ਕਰਦੇ ਨੇ ਮੰਨਿਆ ਜੀ ਅੱਛਾ ਜੀ ਤਾਂ ਉਹਨਾਂ ਨੇ ਕਿਹਾ ਕਿ ਹਾਂ ਠੀਕ ਹੈ ਬਣ ਜਾ ਕੋਈ ਗੱਲ ਨਹੀਂ ਜਿਹੜਾ 2014 'ਚ ਜਿੱਦਾਂ ਤੁਸੀਂ ਦੱਸਿਆ ਕਿ ਫਸਟ ਸੌਂਗ ਲੈ ਕੇ ਆਏ ਸੀਗੇ ਅਤੇ ਅਸਲਾ ਸੌਂਗ ਤੁਸੀਂ ਲੈ ਕੇ ਆਏ ਇੱਕ ਉਹ ਖੜਕੂ ਵਾਲਾ ਸੌਂਗ ਸੀਗਾ ਨਾ ਐਕਸਪੀਰੀਅੰਸ ਕਿੱਦਾਂ ਦਾ ਸੀਗਾ ਫਸਟ ਸੌਂਗ ਦਾ ਫਸਟ ਸੌਂਗ ਬਹੁਤ ਵਧੀਆ ਰਿਹਾ ਜੀ ਸਾਡਾ ਉਹਦੇ ਵਿੱਚ ਐਡਾ ਅਸਲਾ ਨਹੀਂ ਆਪਾਂ ਕਹਿ ਸਕਦੇ ਹੋ ਗਾਣੇ 'ਚ ਜਿੱਦਾਂ ਕੋਈ ਵਾਇਲੈਂਟ ਨਹੀਂ ਸੀਗਾ ਬਟ ਟਾਈਟਲ ਅਸਲਾ ਸੀ ਟਾਈਟਲ ਅਸਲਾ ਸੀਗਾ ਸਿਰਫ ਅਣਖ ਦੀ ਗੱਲ ਸੀਗੀ ਜੀ ਭਗਤ ਸਿੰਘ ਦੀ ਗੱਲ ਸੀਗੀ ਵੀ ਕਿੱਦਾਂ ਅਣਖ ਨਾਲ ਜੀਆ ਜਾਂਦਾ ਪਿੱਠ ਪਿੱਛੇ ਨਹੀਂ ਵਾਰ ਕਰਨਾ ਜੇ ਵੱਜਣਾ ਤਾਂ ਹੈਕ 'ਚ ਵੱਜੇ ਜੀ ਬਿਲਕੁਲ ਜੀ ਤੇ ਜੇ ਹੁਣ ਦੀ ਅਸੀਂ ਗੱਲ ਕਰੀਏ ਤੁਸੀਂ ਹੁਣ ਆਪਣਾ ਨਵਾਂ ਸੌਂਗ ਲੈ ਕੇ ਆਏ ਹੋ ਜੱਟੀ ਤੁਹਾਨੂੰ ਕੋਈ ਟੈਕਨੋਲੋਜੀ ਵਿੱਚ ਚੇਂਜ ਲੱਗਾ ਕਿਉਂਕਿ ਅੱਜ ਕੱਲ੍ਹ ਜੇ ਅਸੀਂ ਗੱਲ ਕਰੀਏ ਸਿੰਗਰਸ ਆਟੋ ਟਿਊਨ ਵੀ ਕਰਦੇ ਨੇ ਬਹੁਤ ਸਿੰਗਰਸ ਆਪ ਵੀ ਗਾਉਂਦੇ ਨੇ ਇੱਦਾਂ ਦੀ ਗੱਲ ਨਹੀਂ ਬਟ ਕੋਈ ਤੁਹਾਨੂੰ ਚੇਂਜ ਲੱਗਿਆ ਕਿ ਉਸ ਟਾਈਮ ਔਰ ਹੁਣ ਦੇ ਟਾਈਮ ਵਿੱਚ ਆਟੋ ਟੂਨ ਤਾਂ ਜਦੋਂ ਨਹੀਂ ਗਾਣਾ ਆਉਂਦਾ ਉਹਨੂੰ ਟੋਨ ਕਰ ਦੇ ਜਿੱਦਾਂ ਹੁਣ ਅਸੀਂ ਮੇਰੇ ਉਸਤਾਦ ਕੇਸ ਮੱਖਣ ਜੀ ਆਪਾਂ ਸਿੱਖਿਆ ਜੀ ਸ਼ੁਰੂ ਤੋਂ ਗਾਇਕੀ ਵਿੱਚ ਰਹੇ ਜੀ ਅਤੇ ਗਾਉਣਾ ਸ਼ੌਂਕ ਸੀਗਾ ਅਸੀਂ ਕਾਲਜ ਵਿੱਚ ਵੀ ਗਾਇਆ ਸਕੂਲਾਂ ਵਿੱਚ ਵੀ ਗਾਇਆ ਅਤੇ ਮੇਰੀ ਆਵਾਜ਼ ਨੂੰ ਮੈਂ ਆਟੋ ਟੂਨ ਵਧੀਆ ਨਹੀਂ ਸਮਝਦਾ ਮੈਂ ਲਾਉਂਦਾ ਨਹੀਂ ਜੀ ਅਤੇ ਜਿਹੜੇ ਨਹੀਂ ਹੁਣ ਸਿੱਖਿਓ ਆ ਜਾਂ ਆਉਂਦੇ ਗਾਉਣ ਲੱਗ ਪੈਂਦੇ ਉਹਨਾਂ ਨੂੰ ਆਟੋ ਟੂਨ ਲਾਉਣਾ ਪੈਂਦਾ ਜੀ ਬਿਲਕੁਲ ਅਤੇ ਅਦਰਵਾਈਜ਼ ਕੋਈ ਟੈਕਨੋਲੋਜੀ 'ਚ ਚੇਂਜ ਨਹੀਂ ਤੁਹਾਨੂੰ ਲੱਗਿਆ ਨਹੀਂ ਕਾਫੀ ਚੇਂਜ ਹੈਗਾ ਜੀ ਅਤੇ ਮਿਕਸਿੰਗ ਅੱਗੇ ਕਹਿੰਦੇ ਸੀਗੇ ਵੀ ਆਪਾਂ ਗਾਣਾ ਰਿਕਾਰਡ ਕੀਤਾ ਅਤੇ ਅੱਗੇ ਲਾ ਦਿੰਦੇ ਸੀ ਹੁਣ ਬੜੇ ਬੜੇ ਮਿਕਸਰ ਆ ਗਏ ਆ ਬੜੇ ਬੜੀਆਂ ਮਸ਼ੀਨਾਂ ਆ ਗਈਆਂ ਹੁਣ ਜਿੱਦਾਂ ਨਾਂ ਆ ਗਏ ਭਾਨੂ ਹੈਗੇ ਮਿਕਸ ਕਰਦੇ ਆ ਆਪਣੇ ਸਮੀਰ ਜੀ ਹੈਗੇ ਆ ਵੀ ਸੈਜ ਵਗੈਰਾ ਜਿੱਦਾਂ ਸਾਰੇ ਵਧੀਆ ਮਿਕਸ ਕਰਾਉਂਦੇ ਹੋ ਇੱਦਾਂ ਚੇਂਜ ਹੈਗਾ ਤਾਂ ਪਹਿਲਾਂ ਇੱਦਾਂ ਲਾ ਦਿੰਦੇ ਸੀ ਗਾਣਾ ਹੁਣ ਕਾਫੀ ਮਿਕਸ ਕਰਨਾ ਚਾਹੁੰਦੇ ਜੀ ਅਤੇ ਜਿਹੜਾ ਤੁਹਾਡਾ ਨਵਾਂ ਸੌਂਗ ਹੈ ਜੱਟੀ ਇਹਦੀ ਟੀਮ ਬਾਰੇ ਸਾਨੂੰ ਦੱਸੋ ਕਿ ਪ੍ਰੋਡਿਊਸ ਕਿਹਨੇ ਕੀਤਾ ਡਾਇਰੈਕਟ ਕਿਹਨੇ ਕੀਤਾ ਔਰ ਜਿਹੜਾ ਇਹਦਾ ਕਨਸੈਪਟ ਹੈ ਜੋ ਉਹਦੀ ਸੋਚ ਸੀ ਇਸ ਗਾਣੇ ਪਿੱਛੇ ਉਹ ਕਿਵੇਂ ਤੁਹਾਨੂੰ ਆਈ ਪ੍ਰੋਡਿਊਸ ਤਾਂ ਆਪਾਂ ਖੁਦ ਹੀ ਕੀਤਾ ਜੀ ਅੱਛਾ ਜੀ ਅਤੇ ਮਿੱਤਰਾਂ ਦੀ ਸਪੋਰਟ ਬਹੁਤ ਰਹੀ ਹੈ ਜੀ ਸਾਡੇ ਜੋਰਾ ਜੀ ਸਾਡੇ ਕਾਫੀ ਉਹਨਾਂ ਨੇ ਮਦਦ ਕੀਤੀ ਫਾਈਨੈਂਸ਼ੀਅਲੀ ਵੀ ਉਹਦਾ ਵੀ ਵੈਸੇ ਸਪੋਰਟ ਕਰਦੇ ਆ ਟੀਮ ਸਾਡੀ ਹੈਗੀ ਸਾਰੀ ਇਕੱਠੀ ਲੁਧਿਆਣੇ ਤੋਂ ਸਾਰੇ ਅੱਛਾ ਜੀ ਸਾਡੇ ਮਿਊਜ਼ਿਕ ਡਾਇਰੈਕਟਰ ਐਰੀ ਐਡੀ ਗੇਮ ਅਤੇ ਜਿਹੜੇ ਮੇਰੇ ਸਾਰਾ ਕੁਝ ਦੇਖਦੇ ਮੇਰਾ ਭਰਾ ਜੱਸੀ ਬੀਕਾਨੇਰ ਅਸੀਂ ਕਹਿੰਦੇ ਉਹਨਾਂ ਨੂੰ ਅੱਛਾ ਜੀ ਅਤੇ ਉਹਨਾਂ ਨੇ ਸਾਰਾ ਸਾਡਾ ਦੇਖਿਆ ਅਤੇ ਜਿਹੜਾ ਸੌਂਗ ਲਿਖਿਆ ਹੈਰੀ ਚੀਮਾ ਨੇ ਲਿਖਿਆ ਜੀ ਸੱਗੂ ਸਾਹਿਬ ਸਾਡੇ ਸਾਰੇ ਦੇਖਦੇ ਆ ਟੀਮ ਨੂੰ ਜੀ ਅਤੇ ਗੌਰੀ ਜੀ ਉਹਨਾਂ ਦਾ ਵੀ ਬਹੁਤ ਹੱਥ ਹੈ ਜੀ ਪਿੱਛੇ ਸਾਰੀ ਟੀਮ ਉਹ ਦੇਖਦੇ ਆ ਮੈਂ ਮੋਹਰੇ ਉਹ ਸਾਰੇ
ਮੈਂ ਪਿੱਛੇ ਉਹਨਾਂ ਸਾਰੇ ਮੋਹਰੇ ਹੁੰਦੇ ਆ ਜੀ ਤੇ ਸਾਰੇ ਇਦਾਂ ਫਿਰ ਰਲ ਕੇ ਟੀਮ ਬਣਦੀ ਰਲ ਕੇ ਗਾਣਾ ਬਣਦਾ ਬਹੁਤ ਮਿਹਨਤ ਲੱਗਦੀ ਇਸ ਗਾਣੇ ਬਿਲਕੁਲ ਔਰ ਇਸ ਗਾਣੇ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਉਹਦੀਆਂ ਦੋ ਲਾਈਨਾਂ ਸਾਡੇ ਦਰਸ਼ਕਾਂ ਲਈ ਜੀ ਜ਼ਰੂਰ ਕਿਹੜਾ ਸੁਣਾਵਾਂ ਅਸਲਾ ਸੁਣਾਵਾਂ ਕਿ ਪਹਿਲਾਂ ਜਿਹੜਾ ਤੁਹਾਡਾ ਪਸੰਦ ਹੈ ਮੇਰੇ ਸਾਰੇ ਪਸੰਦੀਦਾ ਹੀ ਗਾਣੇ ਜੀ ਤੇ ਦੋਨੇ ਸੁਣਾ ਦਿਓ ਮੈਂ ਤੁਹਾਨੂੰ ਪਹਿਲਾਂ ਜੱਟੀ ਜਿਹੜਾ ਨਵਾਂ ਚੱਲ ਰਿਹਾ ਯੂਟਿਊਬ ਤੇ ਵਧੀਆ ਰਿਸਪੌਂਸ ਬਹੁਤ ਅੱਛਾ ਆ ਰਿਹਾ ਬਹੁਤ ਧੰਨਵਾਦ ਤੁਸੀਂ ਮੈਨੂੰ ਐਕਸੈਪਟ ਕਰ ਰਹੇ ਹੋ ਵਧੀਆ ਤਰੀਕੇ ਨਾਲ ਵਧੀਆ ਗਾਣਾ ਸਾਡਾ ਜਾ ਰਿਹਾ ਤੇ ਤੁਹਾਨੂੰ ਮੈਂ ਦੋ ਲਾਈਨਾਂ ਉਹਦੀ ਸੁਣਾ ਦਿੰਦਾ ਬਿਲਕੁਲ ਉਹ ਇੱਕ ਧਾਰਮਿਕ ਜਿੱਦਾਂ ਨਹੀਂ ਕਹਿ ਸਕਦੇ ਆਪਾਂ ਇੱਕ ਸੱਭਿਆਚਾਰ ਗਾਣਾ ਹੈ ਜੀ ਪੂਰਾ ਜਿੱਦਾਂ ਫੈਮਿਲੀ ਵਿੱਚ ਬੈਠ ਕੇ ਦੇਖ ਸਕਦੇ ਹਾਂ ਜੀ ਬਿਲਕੁਲ ਇੱਦਾਂ ਮੈਨੂੰ ਇਹ ਮੇਰਾ ਮੋਟਿਵ ਇਹੀ ਹੁੰਦਾ ਵੀ ਆਪਾਂ ਨੂੰ ਇੱਕ ਘਰੇਲੂ ਗਾਣਾ ਬਣਾਈਏ ਤੁਸੀਂ ਦੇਖ ਵੀ ਸਕਦੇ ਯੂਟਿਊਬ ਤੇ ਅਮਰ ਸਿੰਘ ਜੀਤ ਲਿਖ ਕੇ ਤੇ ਮੈਂ ਸੁਣ ਸੁਣਾ ਦਾ ਜੀ ਹਾਏ ਕਰਮਾਂ ਦੇ ਵਿੱਚ ਜੱਤੀ ਤੇਰੇ ਰੱਬ ਦਾ ਸ਼ੁਕਰ ਮਨਾਇਆ ਕਰ ਹਾਏ ਮੈਂ ਨੀ ਕਹਿੰਦੀ ਯਾਰੀ ਛੱਡ ਦੇ ਟਾਈਮ ਨਾਲ ਕਰ ਆਇਆ ਕਰ ਹੋਦੇ ਕੇ ਲਾਮ ਚਾਰ ਬਾਬਲ ਨੇ ਲੜਹਾ ਤੇਰੇ ਲਾਈ ਵੇ ਹਾਏ ਫੁੱਲਾਂ ਵਰਗੀ ਨਾਰ ਸੋਹਣਿਆ ਜਾਵੇ ਕਿਉਂ ਸਤਾਈ ਵੇ ਹਾਏ ਪਾਲਾ ਮੇਰੀ ਕਦਰ ਵੇ ਮੈਂ ਲਾਟਰੀ ਵਿੱਚ ਨਾ ਆਈ ਵੇ ਹਾਏ ਪਾਲਾ ਮੇਰੀ ਕਦਰ ਵੇ ਮੈਂ ਲਾਟਰੀ ਵਿੱਚ ਨਾ ਆਈ ਵੇ ਹਵੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ ਫਸ ਜਾਣ ਕੁੰਡੀਆਂ ਦੇ ਸਿੰਘ ਜਦੋਂ ਪਿੱਠੂ ਨੂੰ ਦਿਖਾਉਣ ਵਾਲੇ ਨਹੀਂ ਜਦੋਂ ਵੀ ਲੜਿਆ ਇੱਕ ਤਾਣ ਕੇ ਲੜੇ ਅਸੀਂ ਪਿੱਠ ਵਿੱਚ ਅਸੀਂ ਲੱਜ ਲਾਉਣ ਵਾਲੇ ਨਹੀਂ ਜਦੋਂ ਵੀ ਲੜਿਆ ਇੱਕ ਤਾਣ ਕੇ ਲੜਿਆ ਅਸੀਂ ਪਿੱਠ ਪਿੱਛੇ ਅਸੀਂ ਲੱਜ ਲਾਉਣ ਵਾਲੇ ਨਹੀਂ ਬਹੁਤ ਹੀ ਵਧੀਆ ਸਰ ਵੈਸੇ ਤਾਂ ਦੋਨੋਂ ਸੌਂਗਸ ਅਲੱਗ ਅਲੱਗ ਜੋਨਰ ਦੇ ਸੀਗੇ ਤੁਹਾਡਾ ਕਿਹੜਾ ਫੇਵਰੇਟ ਹੈ ਦੋਨਾਂ ਚੋਂ ਮੇਰੇ ਤਾਂ ਸਾਰੇ ਵਧੀਆ ਲੱਗਦੇ ਮੇਰੇ ਫਿਰ ਵੀ ਕੋਈ ਇੱਕ ਤਾਂ ਹੋਏਗਾ ਅਸਲਾ ਸੌਂਗ ਮੇਰਾ ਜਿਆਦਾ ਮੈਨੂੰ ਵਧੀਆ ਲੱਗਦਾ ਕਿਉਂਕਿ ਮੈਂ ਸ਼ੁਰੂਆਤ ਕੀਤੀ ਉੱਥੋਂ ਤੇ ਵਧੀਆ ਮੇਰਾ ਥੋੜਾ ਨਾਮ ਵੀ ਬਣਿਆ ਥੋੜਾ ਹਿੱਟ ਹੋਇਆ ਗਾਣਾ ਹਾਂਜੀ ਹਾਂਜੀ ਬਿਲਕੁਲ ਬਾਕੀ ਲਾਈਨਾਂ ਪੈ ਗਏ ਕਾਫੀ ਗਾਣੇ ਨੇ ਬਿਲਕੁਲ ਤੇ ਜੇ ਅਸੀਂ ਰੋਲ ਮਾਡਲ ਦੀ ਗੱਲ ਕਰੀਏ ਆਪਣੇ ਗਾਣੇ ਤਾਂ ਸਭ ਦੇ ਫੇਵਰਿਟ ਹੁੰਦੇ ਹੀ ਹੈ ਤੁਹਾਨੂੰ ਕੋਈ ਹੋਰ ਸਿੰਗਰ ਆਪਣੇ ਤੋਂ ਇਲਾਵਾ ਜਿਨ੍ਹਾਂ ਨੂੰ ਸੁਣਨਾ ਤੁਸੀਂ ਪਸੰਦ ਕਰਦੇ ਹੋ ਸੁਣਨਾ ਪਸੰਦ ਜੀ ਮੇਰਾ ਫੇਵਰਿਟ ਜਾਂ ਫੋਲੋ ਕਰਦੇ ਹੋ ਤੁਸੀਂ ਉਹਨਾਂ ਨੂੰ ਮੇਰੇ ਫੇਵਰਿਟ ਸਿੰਗਰ ਸੀ ਆਪਣੇ ਕੇਸ ਮੱਖਣ ਜੀ ਅੱਛਾ ਜੀ ਉਹਨਾਂ ਨੂੰ ਫੋਲੋ ਕਰਦਾ ਉਹਨਾਂ ਨੂੰ ਮੇਰੇ ਸਟਾਰ ਜੀ ਵੀ ਹੋ ਓਕੇ ਤੇ ਉਹਨਾਂ ਨੂੰ ਦੇਖ ਕੇ ਆਪਾਂ ਹੋਣਾ ਲੱਗੇ ਜੀ ਪਹਿਲਾਂ ਛੋਟੇ ਛੋਟੇ ਸਾਡੇ ਇੱਥੇ ਪਿੰਡ ਮੇਲਾ ਲੱਗਦਾ ਜੀ ਅਤੇ ਉਹਦੇ ਹੁੰਦੇ ਸੀ ਮੈਂ ਕਿਹਾ ਵੈਸੇ ਕਲਾਕਾਰ ਬਣਦਾ ਇੱਦਾਂ ਹੀ ਬਣਨਾ ਠੀਕ ਹੈ ਜੀ ਜੀ ਬਿਲਕੁਲ ਇੱਕ ਛੋਟਾ ਜਿਹਾ ਅਸੀਂ ਰੈਪਿਡ ਫਾਇਰ ਤੁਹਾਡੇ ਨਾਲ ਕਰਦੇ ਹਾਂ ਫਟਾਫਟ ਗੇਮ ਦਾ ਆਨਸਰ ਦੇਣਾ ਔਰ ਸੋਚਣਾ ਬਿਲਕੁਲ ਨਹੀਂ ਜੋ ਆਏ ਬਸ ਉਹ ਫੇਵਰੇਟ ਪੋਲੀਵੁੱਡ ਮੇਲ ਸਟਾਰ ਦਲਜੀਤ ਸਰ ਓਕੇ ਫੇਵਰੇਟ ਸੌਂਗ ਸੌਂਗ ਸਰ ਜਲਦੀ ਜਲਦੀ ਆਪਣੇ ਮੇਲ ਦਾ ਫੀਮੇਲ ਦਾ ਕੋਈ ਵੀ ਫੇਵਰੇਟ ਸੌਂਗ ਪੰਜਾਬੀ ਪੰਜਾਬੀ ਸੌਂਗ ਹਾਂਜੀ ਸਰ ਰੈਪਿਡ ਫਾਇਰ ਹੈ ਮੈਨੂੰ ਯਾਦ ਨਹੀਂ ਆ ਰਿਹਾ ਜੀ ਕਿਹੜਾ ਫੇਵਰਟ ਸਾਰੇ ਫੇਵਰਟ ਦੇ ਰਹੇ ਫਿਰ ਵੀ ਕੋਈ ਇੱਕ ਕਿਸੇ ਦਾ ਵੀ ਸੂਰਮਾ ਓਕੇ ਫੇਵਰਟ ਹਿੰਦੀ ਮੂਵੀ ਹਿੰਦੀ ਜੱਦੀ ਓਕੇ ਫੇਵਰਟ ਹਿੰਦੀ ਐਕਟਰੈਸ ਸਨੀ ਦਿਓ ਓਕੇ ਔਰ ਫੀਮੇਲ ਆਸ਼ਾ ਟਾਕੀ ਓਕੇ ਔਰ ਫੇਵਰਟ ਪੋਲੀਵੁੱਡ ਆਪਣੀ ਪੰਜਾਬੀ ਦੀ ਐਕਟਰੈਸ ਸੋਨਮ ਬਾਜਵਾ ਓਕੇ ਔਰ ਫੇਵਰਟ ਪੰਜਾਬੀ ਮੂਵੀ ਆਪਣੇ ਚਾਰੇ ਹੌਸਲਾ ਓਕੇ ਹੌਸਲਾ ਓਕੇ ਹੁਣ ਤੁਹਾਡਾ ਜਿਹੜਾ ਫੇਵਰੇਟ ਸੌਂਗ ਹੈ ਸੂਰਮਾ ਤੁਸੀਂ ਕਹਿਣਾ ਕਿ ਹੈ ਨਾ ਉਹਨੂੰ ਅਸੀਂ ਹਿੰਦੀ 'ਚ ਤੁਹਾਡੇ ਤੋਂ ਸੁਣਨਾ ਚਾਹਾਂਗੇ ਹਾਂਜੀ ਹਾਂਜੀ ਉਹ ਸੂਰਮਾ ਮੈਂ ਕਿਹਾ ਸੂਰਮਾ ਪੰਜਾਬ ਕੋ ਬਿਲੋਂਗ ਕਰਤਾ ਹੈ ਸੂਰਮਾ ਹਾਂਜੀ ਹਾਂਜੀ ਗੁੱਡ ਟ੍ਰਾਈ ਟ੍ਰਾਈ ਸਰ ਉਹ ਸੂਰਮਾ ਪੰਜਾਬ ਕੋ ਬਿਲੋਂਗ ਕਰਤਾ ਹੈ ਨਾ ਕਮ ਰੋਂਗ ਕਰਤਾ ਹੈ ਹੁਣ ਛੱਡਣਾ ਸੀਗਾ ਥੋੜਾ ਜਿਹਾ ਅਸੀਂ ਲੇਟ ਹੋ ਗਏ ਤੇ ਹੁਣ ਜਿੱਦਾਂ ਉਹ ਗਾਣਾ ਜ ਹੈਗਾ ਬਾਡੀ ਕਣਕਾਂ ਦੀ ਛੱਡਾਂਗੇ ਹੁਣ ਆਪਾਂ ਹੈਗਾ ਵੀਡੀਓ ਰੈਡੀ ਹੁਣ ਵੀ ਛੱਡ ਸਕਦੇ ਬਟ ਉਹ ਕਣਕਾਂ ਦੇ ਹੋ ਗਿਆ ਟਾਈਮ ਉਹਦਾ ਠੀਕ ਹੈ ਥੋੜਾ ਅਸੀਂ ਲੇਟ ਹੋ ਗਏ ਥੋੜੇ ਜਿੱਦਾਂ ਜੋ ਸਾਨੂੰ ਮਾਹੌਲ ਚਾਹੀਦਾ ਸੀਗਾ ਉਹ ਬਣਿਆ ਨਹੀਂ ਓਕੇ ਥੋੜਾ ਬਾਰਿਸ਼ ਦਾ ਮਾਹੌਲ ਚਾਹੀਦਾ ਸੀਗਾ ਹਾਂਜੀ ਕਣਕਾਂ ਵੀ ਸਾਰੇ ਜੱਟ ਉੱਧਰ ਵੀ ਸਾਰੇ ਉੱਧਰ ਧਰਨੇ ਵਿੱਚ ਬਿਜ਼ੀ ਹੋਏ ਆ
ਉਹ ਮੈਨੂੰ ਮਾਹੌਲ ਨਹੀਂ ਮਿਲਿਆ ਜਿਹਦਾ ਛੱਡ ਦੇਣਾ ਸੀ ਹੁਣ ਮੈਂ ਵੀ ਛੱਡਿਆ ਵੀ ਉੱਧਰ ਦੁਖੀ ਬੰਦੇ ਬੈਠੇ ਮੈਂ ਵੀ ਗਾਣਾ ਛੱਡਾਂ ਬਿਲਕੁਲ ਬਿਲਕੁਲ ਅਤੇ ਜਾਂਦੇ ਹੋਏ ਸਾਡੇ ਯੂਥ ਨੂੰ ਜੋ ਤੁਹਾਨੂੰ ਵਾਚ ਕਰ ਰਹੇ ਜੋ ਤੁਹਾਨੂੰ ਫੋਲੋ ਕਰ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੀ ਹੈ ਜੀ ਵਧੀਆ ਗਾਓ ਵਧੀਆ ਖਾਓ ਵਧੀਆ ਪਾਓ ਜਿਮ ਜਾਓ ਸਵੇਰੇ ਛੇਤੀ ਉੱਠੋ ਜੀ 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 ਆਪਣੇ ਮਾਪਿਆਂ ਦੀ ਰਿਸਪੈਕਟ ਕਰੋ ਬਸ ਇਹੀ ਹੈ ਰੱਬ ਨੂੰ ਯਾਦ ਰੱਖੋ ਬੰਦੇ ਨੂੰ ਬੰਦਾ ਸਮਝੋ ਜੀ ਬਿਲਕੁਲ ਅਮਰਜੀਤ ਜੀ ਤੁਸੀਂ ਸਾਡੇ ਸ਼ੋਅ ਵਿੱਚ ਆਏ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ